ਕਹਾਣੀਆਂ ਸੁਣਦੇ ਸੀਗੇ ਵੀ ਐਦਾਂ ਸਾਡੇ ਯੋਧੇ ਹੋਏ ਐ ਸੰਘਰਸ਼ ਹੋਏ ਨੇ ਤੇ ਸਾਡੀ ਜਿਹੜੀ ਲਾਈਫ ਦਾ ਇਹ ਸਭ ਤੋਂ ਵੱਡਾ ਇੱਕ ਇਹ ਅੰਦੋਲਨ ਹੈ ਤੇ ਕੋ ਸ਼ਾਂਤੀਪੂਰਵਕ ਤਰੀਕੇ ਨਾਲ ਵੀ ਚੱਲ ਰਿਹਾ ਹੈ ਤੇ ਇਹਦੇ ਕਰਕੇ ਜੇ ਇਹਨੂੰ ਅਸੀਂ ਮਿਸ ਕਰਤਾ ਤਾਂ ਮੈਂ ਕਹਿੰਦਾ ਸਾਡਾ ਇਸ ਧਰਤੀ ਤੇ ਆਇਆ ਨਾ ਆਇਆ ਇੱਕ ਬਰਾਬਰ ਹੈ ਜੇ ਬੰਨ ਨੂੰ ਧਿਆਨ ਨਹੀਂ ਜਾਂਦਾ ਵੀ ਜੇਬ ਤਾਂ ਭਰੀ ਚੰਗੀ ਲੱਗਦੀ ਏ ਜੇਵਲ ਬਾਈ ਕਦੇ ਗਏ ਨਹੀਂ ਧਿਆਨ ਨਾ ਕਦੇ ਨਾ ਸੋਚਿਆ ਐ ਜਿਹੜਾ ਮੁੰਡਾ ਮੈਂ ਰੱਖਿਆ ਐ ਮੈਂ ਉਹਨੂੰ ਇਹ ਗੱਲ ਕਹਿ ਕੇ ਆਇਆ ਵੀ ਗਾਹਕ ਨੇ ਟੁੱਟਣਾ ਚਾਹੀਦਾ ਕੰਮ ਵਧੀਆ ਕਰ ਮੈਂ ਤੇ ਤੇ ਕੁਛ ਨਹੀਂ ਲੈਣਾ ਹੈ ਆਪਣਾ ਜੋ ਕਮਾ ਦਾ ਤੂੰ ਜੋ ਕਰਦਾ ਤੂੰ ਆਪਣਾ ਰੱਖ ਪਰ ਇਹ ਹੈ ਵਾ ਕੰਮ ਚਲਾਈ ਜੋ ਕੋਈ ਵਿਚਾਰਾ ਮੇਰੇ ਮੰਗੂ ਐ ਮਾਤੜਾ ਵੀ ਮੈਂ ਤੇ ਤੇ ਲੈਣਾ ਕੁਛ ਨਹੀਂ ਤੂੰ ਆਪਣਾ ਕੰਮ ਚਲਾ ਆਪਣਾ ਕੰਮ ਕਰ ਤੁਸੀਂ ਸਾਰਾ ਕੁਝ ਛੱਡ ਕੇ ਪਹੁੰਚ ਗਏ ਪਰ ਇਹੋ ਜਿਹੇ ਲੋਕਾਂ ਦੀ ਵੀ ਗੱਲ ਹੁੰਦੀ ਆ ਯਾਰ ਮੈਂ ਨਹੀਂ ਆ ਸਕਦਾ ਮੇਰਾ ਪਿੱਛੇ ਕੰਮ ਰੁਕ ਜੂ ਜਾਂ ਮੇਰੇ ਬਿਜ਼ਨਸ ਨੇ ਕੁਰਬਾਨੀਆਂ ਤਾਂ ਦੇਣੀਆਂ ਹੀ ਪੈਣੀਆਂ ਦੇਖੋ ਜੀ ਲਹਿਰਾਂ ਤਾਂ ਕੁਰਬਾਨੀਆਂ ਮੰਗਦੀ ਆ ਤੇ ਕੁਰਬਾਨੀ ਦੇਣੀ ਪੈਂਦੀ ਆ ਇੱਕ ਪਲੇਟਫਾਰਮ ਮਿਲਿਆ ਬਹੁਤ ਵਧੀਆ ਜਿੱਦਾਂ ਕਹਿੰਦੇ ਕੁਦਰਤ ਰੱਬ ਕਰਾਂ ਦਾ ਤਖਤਾ ਪਲਟਦਾ ਇੱਕ ਵਾਰੀ ਇਹ ਹੁਣ ਤਖਤਾ ਹੀ ਪਲਟਿਆ ਇਸ ਚੀਜ਼ ਦਾ ਹੁਣ ਤਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਸਾਂਭ ਲੈਣ ਇਸ ਚੀਜ਼ ਨੂੰ ਲੋਕ ਹੋਰ ਜਿਹੜੇ ਬਾਹਰ ਬੈਠੇ ਨੇ ਉਹ ਇੱਥੇ ਪਹੁੰਚਣ ਜੇ ਉਹਨਾਂ ਨੇ ਬਚਣਾ ਹੈ ਨਹੀਂ ਭੁੱਖ ਮਰੀ ਨਾ ਤਾਂ ਵੈਸੇ ਮਰੇ ਜਾਣਾ ਜੇ ਭੁੱਖ ਮਰੀ ਮਰਨ ਦੇ ਨਾਲੋਂ ਤਾਂ ਆਪਾਂ ਇਹ ਚਾਹੁੰਦੇ ਆ ਇੱਥੇ ਲੜ ਕੇ ਸ਼ਹੀਦੀਆਂ ਪਾ ਕੇ ਮਰੀਏ ਇੱਥੇ ਤੇ ਲੋਕ ਸਾਡਾ ਹਥਿਆਸ ਬਣੇ ਵੀ ਹਾਂ ਕੋਈ ਸੰਘਰਸ਼ ਹੋਇਆ ਸੀਗਾ ਵੀ ਭੁੱਖ ਮਰੀ ਮਰਨ ਨਾਲੋਂ ਸ਼ਹੀਦੀ ਦੇਣੀ ਚੰਗੀ ਹੈ ਕਿਸਾਨੀ ਧਰਨੇ ਚ ਇੰਨੀ ਤਾਕਤ ਕਿੱਥੋਂ ਹੈ ਕਿਸਾਨੀ ਧਰਨੇ ਚ ਇੰਨੀ ਬਰਕਤ ਕਿੱਥੋਂ ਹੈ ਇਹ ਸਵਾਲ ਲਗਾਤਾਰ ਉੱਠ ਰਹੇ ਨੇ ਤੇ ਜੇ ਸਵਾਲਾਂ ਦੇ ਜਵਾਬ ਨੂੰ ਸਮਝਣਾ ਹੋਵੇ ਤਾਂ ਧਰਨੇ 'ਚ ਮੌਜੂਦ ਹਰ ਇੱਕ ਵਿਅਕਤੀ ਦੀ ਆਪਣੀ ਕਹਾਣੀ ਹੈ ਆਪਣੀ ਕੁਰਬਾਨੀ ਹੈ ਆਪਣਾ ਇੱਕ ਜਜ਼ਬਾ ਹੈ ਜਿਹਨੂੰ ਇਕੱਠਿਆਂ ਕਰਕੇ ਇੱਕ ਤਾਕਤ ਬਣੀ ਸਾਡੇ ਨਾਲ ਬਾਈ ਹੁਣੀ ਨੇ ਪੰਜ ਕਨਾਲ ਜ਼ਮੀਨ ਸੀਗੀ ਜਿੱਚ ਤਿੰਨ ਵੇਚ ਕੇ ਅਮਰੀਕਾ ਗਏ ਉੱਥੇ ਠੀਕ ਨਹੀਂ ਬੈਠਿਆ ਤਾਂ ਵਾਪਸ ਆਏ ਉਹ ਪਸ਼ੂ ਡੰਗਰ ਵੀ ਸਾਹਮਦੇ ਨੇ ਤੇ ਇੱਕ ਸਰਵਿਸ ਸਟੇਸ਼ਨ ਜਿਹੜਾ ਇਹਨਾਂ ਨੇ ਕਿਰਾਏ ਤੇ ਲੈ ਕੇ ਆਪਣਾ ਪਰਿਵਾਰ ਚਲਾ ਰਹੇ ਨੇ ਲੇਕਿਨ ਜਦੋਂ ਤੋਂ ਧਰਨਾ ਸ਼ੁਰੂ ਹੋਇਆ ਹੈ ਪਹਿਲੇ ਦਿਨ ਤੋਂ ਨਾਲ ਜੁੜੇ ਹੋਏ ਪਿੱਛੇ ਕੰਮਕਾਰ ਲਗਭਗ ਠੱਪ ਵੀ ਹੈ ਪਰ ਬਾਈ ਜੀ ਦਾ ਧਿਆਨ ਸਾਰਾ ਉਰੇ ਨਾਮ ਬਾਈ ਕੀ ਹੈ ਤੁਹਾਡਾ ਕਿੱਥੋਂ ਆਏ ਹੋ ਬਾਈ ਜੀ ਮੇਰਾ ਨਾਮ ਬਲਕਾਰ ਸਿੰਘ ਹੈ ਆਪਣਾ ਰੋਪੜ ਜ਼ਿਲ੍ਹਾ ਨੂਰਪੁਰਵੇਦੀ ਵਾਲੀਆ ਪਿੰਡ ਪਿੰਡ ਚੜ੍ਹਨਝਰਾ ਬਾਈ ਇਨੇ ਜ਼ਿੰਦਗੀ ਚ ਘਾਟੇ ਖਾ ਲੇ ਹੁਣ ਜਦੋਂ ਮਾੜਾ ਮੋਟਾ ਕੰਮ ਠੀਕ ਚੱਲਣ ਲੱਗਾ ਸੀ ਉਰੇ ਆ ਗਏ ਬਾਈ ਜੀ ਘਾਟੇ ਬਾਅਦੇ ਦਾ ਜ਼ਿੰਦਗੀ ਚ ਚੱਲਦੇ ਰਹਿਣੇ ਆ ਜਿਹੜਾ ਆ ਹੈ ਇੱਕ ਏ ਅਸੀਂ ਨਾ ਕਦੇ ਬਜ਼ੁਰਗਾਂ ਤੇ ਜਾਂ ਕਿਤਾਬਾਂ ਚ ਪੜਿਆ ਸੀਗਾ ਹਥਿਆਸ ਬਾਰੇ ਮਾੜਾ ਮੋਟਾ ਜਿੰਨਾ ਕ ਪੜਿਆ ਸੀਗਾ ਕਹਾਣੀਆਂ ਸੁਣਦੇ ਸੀਗੇ ਵੀ ਐਦਾਂ ਸਾਡੇ ਯੋਧੇ ਹੋਏ ਐ ਸੰਘਰਸ਼ ਹੋਏ ਨੇ ਤੇ ਸਾਡੀ ਜਿਹੜੀ ਲਾਈਫ ਦਾ ਇਹ ਸਭ ਤੋਂ ਵੱਡਾ ਇੱਕ ਇਹ ਅੰਦੋਲਨ ਹੈ ਤੇ ਕੋ ਸ਼ਾਂਤੀਪੂਰਵਕ ਤਰੀਕੇ ਨਾਲ ਵੀ ਚੱਲ ਰਿਹਾ ਹੈ ਤੇ ਇਹਦੇ ਕਰਕੇ ਜੇ ਇਹਨੂੰ ਅਸੀਂ ਮਿਸ ਕਰਤਾ ਤਾਂ ਮੈਂ ਕਹਣਾ ਸਾਡਾ ਇਸ ਧਰਤੀ ਤੇ ਆਇਆ ਨਾ ਆਇਆ ਬਰਾ ਇੱਕ ਬਰਾਬਰ ਆ ਜੇ ਬੰਨੂ ਤੇ ਆਨ ਜੰਦਾ ਵੀ ਜੇਬ ਤਾਂ ਭਰੀ ਚੰਗੀ ਲੱਗਦੀ ਏ ਜੇਬ ਵਾਲ ਬਾਈ ਕਦੇ ਗਏ ਨਹੀਂ ਧਿਆਨ ਨਾ ਕਦੇ ਨਾ ਸੋਚਿਆ ਐ ਠੀਕ ਐ ਆਪਣਾ ਤਾਂ ਬਹੀ ਵੀ ਮੜਾ ਮੜਾ ਰੋਟੀ ਪਾਣੀ ਚੱਲਿਆ ਰਹੀ ਏ ਤੇ ਜੋ ਵੀ ਆਪਣਾ ਜਿੰਨਾ ਵੀ ਹੋ ਸਕੇ ਭਲਾ ਕਰੀਏ ਆਪਾਂ ਜਿੰਨਾ ਵੀ ਹੋ ਸਕੀਏ ਕੋਈ ਵੱਧ ਤੋਂ ਵੱਧ ਕਿਸੇ ਦੇ ਆਪਾਂ ਦਰਦੀ ਜਾਂ ਆਪਣਾ ਸ਼ਰੀਕ ਹੋਈਏ ਉਹਦੇ ਜ ਉਹਨੂੰ ਹੌਸਲਾ ਦੇਈਏ ਇੱਕ ਹੌਸਲੇ ਬਲੰਦ ਐ ਬਾਕੀ ਕੋਈ ਦਿੱਤਾ ਨਹੀਂ ਮਿਹਨੇ ਮਾਰਦੇ ਕਿ ਲੜਨ ਵਾਲੇ ਤਾਂ ਹੋਰ ਹੋਣਗੇ ਤੂੰ ਆ ਜਾ ਵਾਪਸ ਕਾਰ ਕੰਮ ਸੰਭ ਨੇ ਘਰ ਦੇ ਨਹੀਂ ਮੇਰੇ ਕਹਿੰਦੇ ਹੈਗੇ ਉਹ ਕਹਿੰਦੇ ਜੋ ਕਰਨਾ ਤੂੰ ਹੀ ਕਰਨਾ ਆ ਤੈਨੂੰ ਆਪਣਾ ਆਪ ਦਾ ਪਤਾ ਹੋਣਾ ਜੇ ਕਈ ਵਾਰੀ ਘਰ ਦੇ ਕਹਿੰਦੇ ਵੀ ਹੈਗੇ ਆ ਪਰ ਆਪਣਾ ਜਿਹੜਾ ਹੌਸਲਾ ਹੈ ਪਰ ਹੌਸਲਾ ਬੁਲੰਦ ਹੈ ਹੁਣ ਆ ਮੈਂ ਗਿਆ ਸੀਗਾ ਤਕਰੀਬਨ 20-25 ਦਿਨਾਂ ਬਾਅਦ ਮੈਂ ਘਰੇ ਗਿਆ ਸੀਗਾ ਉਹ ਵੀ ਮੇਰੀ ਵਾਈਫ ਬਿਮਾਰ ਸੀਗੀ ਤੇ ਉਹ ਉਹ ਵੀ ਜਦੋਂ ਠੀਕ ਹੋ ਗਏ ਉਦੋਂ ਵੀ ਮੈਂ 2-3 ਦਿਨ ਬਾਅਦ ਗਿਆ ਮੈਂ ਇੱਥੋਂ ਸਿਰਫ 2 ਦਿਨ ਮੈਂ ਘਰੇ ਰਿਹਾ ਤੇ ਉਦੋਂ ਬਾਅਦ ਵਾਈ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਵੀ ਆਪਾਂ ਹੁਣ ਚਲੀਏ ਤੇ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਐ ਕਰ ਵੀ ਆਪਾਂ ਸ਼ਾਮ ਨੂੰ 4 ਵਜੇ ਚੱਲਦੇ ਆਂ ਕਹਿੰਦਾ ਨਹੀਂ ਯਾਰ ਆਪਾਂ ਯਾਰ ਜਲਦੀ ਜਾਣਾ ਵੀ ਕੰਮ ਐ ਮੈਂ ਕਿਹਾ ਯਾਰ ਮੈਂ ਸਮਾਨ ਲੈ ਕੇ ਦੇਣਾ ਉੱਥੇ ਇੱਕ ਮੁੰਡਾ ਸੀਗਾ ਰੱਖਿਆ ਹੋਇਆ ਜਿਹੜਾ ਮੈਂ ਨਾਲ ਕੰਮ ਤੇ ਸਰਵਿਸ ਸਟੇਸ਼ਨ ਤੇ ਤੇ ਕਹਿੰਦਾ ਨਹੀਂ ਯਾਰ ਜ਼ਰੂਰੀ ਐ ਮੈਂ ਕਿਹਾ ਚੱਲ ਫਿਰ ਤੇ ਮੈਂ ਮੁੰਡੇ ਨੂੰ ਫੋਨ ਕਰਿਆ ਮੈਂ ਬਾਈ ਆਪੇ ਸੰਭਲੀ ਤੂੰ ਤੇ ਮੈਂ ਫਿਰ ਇਹਨਾਂ ਦੇ ਨਾਲ ਆ ਗਿਆ ਤੇ ਜਿਹੜਾ ਮੇਰਾ ਸਰਵਿਸ ਸਟੇਸ਼ਨ ਦਾ ਸੀਗਾ ਜੀ ਮੇਰੇ ਵੈਸੇ ਘਾਨਾ ਘਰਦਿਆਂ ਨੂੰ ਪਤਾ ਨਾ ਕਿਸੇ ਨੂੰ ਪਤਾ ਜਿਹੜਾ ਮੁੰਡਾ ਮੈਂ ਰੱਖਿਆ ਹੈ ਮੈਂ ਉਹਨੂੰ ਇਹ ਗੱਲ ਕਹਿ ਕੇ ਆਇਆ ਵੀ ਗਾਹ ਕਨੇ ਟੁੱਟਣਾ ਚਾਹੀਦਾ ਕੰਮ ਵਧੀਆ ਕਰ ਮੈਂ ਤੇਤੇ ਕੁਝ ਨਹੀਂ ਲੈਣਾ ਹੈਗਾ ਆਪਣਾ ਜੋ ਕਮਾ ਦਾ ਤੂੰ ਜੋ ਕਰਦਾ ਤੂੰ ਆਪਣਾ ਰੱਖ ਪਰ ਇਹ ਹੈ ਵਾ ਕੰਮ ਚਲਾਈ ਜਾਈ ਉਹ ਵੀ ਵਿਚਾਰਾ ਮੇਰੇ ਮੰਗੂਆਂ ਮਾਤੜਾ ਹੈ ਵੀ ਮੈਂ ਤੇਤੇ ਲੈਣਾ ਕੁਝ ਨਹੀਂ ਤੂੰ ਆਪਣਾ ਕੰਮ ਚਲਾ ਆਪਣਾ ਕੰਮ ਕਰ ਤੇ ਹੁਣ ਕਰ ਰਿਹਾ ਹੈ ਡੇਲੀ ਮੈਨੂੰ ਫੋਨ ਵੀ ਆ ਜਾਂਦਾ ਉਹਦਾ ਮੈਂ ਵੀ ਕਰ ਲੰਦਾ ਹੈ ਇਹੋ ਜੀ ਕਿਹੜੀ ਚੀਜ਼ ਹੈ ਬਾਈ ਧਰਨੇ ਦੀ ਜਿਹੜੀ ਟਿਕਾਨੀ ਦਿੰਦੀ ਘਰੇ ਉੱਥੇ ਕੰਮ ਨਹੀਂ ਕਰਨ ਦਿੰਦੀ ਉਰੇ ਖਿੱਚ ਲੈਂਦੀ ਹੈ ਬਈ ਗੱਲ ਇਦਾਂ ਐ ਹੁਣ ਇੱਕ ਮੈਂ ਇਕੱਲੇ ਆਪਣੇ ਵਾਸਤੇ ਨਹੀਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਇੱਕ ਇਸ ਚੀਜ਼ ਦਾ ਵਿੱਚ ਦਬੇ ਹੋਏ ਨੇ ਕੁਝ ਘਰੇ ਵੀ ਬੈਠੇ ਨੇ ਕੁਝ ਇੱਥੇ ਵੀ ਪਹੁੰਚੇ ਹੋਏ ਨੇ ਸਭ ਤੋਂ ਵੱਧ ਜਿਹੜਾ ਨੁਕਸਾਨ ਐ ਦੇਖੋ ਜਿਹੜਾ ਕਿਸਾਨ ਐ ਉਹਨਾਂ ਤਾਂ ਆਪਣੇ ਜੋਗਾ ਖਾਣ ਜੋਗਾ ਦਾ ਰੱਖ ਲੈਣਾ ਉਹਨੇ ਔਖੀ ਕਿਨੂੰ ਹੋਣੀ ਐ ਜਿਹੜਾ ਮੇਰੇ ਵਰਗਾ ਆ ਜਿਨ੍ਹਾਂ ਸਵੇਰ ਤੇ ਉਹੀ 300 ਰੁਪਿਆ ਪਾਣੀ ਐ ਤੇ ਉਹੀ ਸ਼ਾਮ ਨੂੰ ਖਾਣੀ ਐ ਉਹਦੇ ਵਾਸਤੇ ਬਹੁਤ ਔਖਾ ਐ ਇਹ ਆਪਾਂ ਉਹਨਾਂ ਦੀ ਇਹ ਲੜਾਈ ਲੜ ਰਹੇ ਹਾਂ ਇੱਕ ਇਨਸਾਨੀਅਤ ਦੀ ਲੜਾਈ ਲੜ ਰਹੇ ਹਾਂ ਪਰ ਉਹ ਤਾਂ ਕਹਿੰਦੇ ਉਧਰਲੇ ਕਹਿੰਦੇ ਕਹਿੰਦੇ ਗੁੰਮਰਾਹ ਹੋਏ ਕਿਸਾਨ ਨੇ ਕਾਨੂੰਨ ਤਾਂ ਵਧੀਆ ਕਹਿੰਦੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਸੋ ਕੋਈ ਨਾ ਚ ਭਲਾਈ ਕਾਨੂੰਨਾਂ ਚ ਭਲਾਈ ਹੈ ਨਾ ਲੋਕਾਂ ਦੀ ਇਹਨਾਂ ਨੂੰ ਗੁੰਮਰਾਹ ਕਰਕੇ ਲਿਆਂਦਾ ਗਿਆ ਓਰੇ ਵੀਰ ਜੀ ਮੈਂ ਥੋੜਾ ਜਿ ਇਸ ਚੀਜ਼ੇ ਨੌਲੇਜ ਥੋੜਾ ਜਿ ਰੱਖਦਾ ਹੁਣ ਤੁਸੀਂ ਅਲੇਸ ਦੇ ਪਿਕਟ ਦੇਖ ਲਓ ਮੈਨੂੰ ਲੱਗਦਾ ਕਾਲੂ ਦੇ ਬਣਦਾ ਹੋਣਾ ਤੇ ਆਲੂ ਕਿੰਨੇ ਰੁਪਏ ਦਾ ਹੋਊਗਾ 1-2 ਰੁਪਏ ਦਾ ਹੋਊਗਾ ਬੜੀ ਯਾਦੋ ਤੇ ਪੈਕਟ ਕਿੰਨੇ ਦਾ ਵਿਖ ਰਿਹਾ ਉਹ 10 ਰੁਪਏ ਦਾ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਕਿਆ ਵੰਡ ਰਿਹਾ ਇੱਥੇ ਸਹੀ ਲੜ ਰਹੇ ਹੈ ਕਿ ਗਲਤ ਲੜ ਰਹੇ ਆ ਅਸੀਂ ਮੈਂ ਤੁਹਾਨੂੰ ਆਪਣੀ ਦੱਸਦਾ ਭਾਜੀ ਮੈਂ ਠੇਕੇ ਦੇ ਦੋ ਕਨੇ ਲੈ ਲਈ ਸੀਗੀ ਪਿੱਛੇ ਜਿਆ ਗਰਮੀਆਂ ਚ ਮੈਂ ਉਥੇ ਕਦੂ ਲਾਇਆ ਕੀਆ ਲਾਇਆ ਵੱਡਾਂ ਲਾਇਆ ਖੀਰਾ ਵੀ ਲਾਇਆ ਤੇ ਇੱਕ ਬੈਂਗਣੀ ਹੁੰਦੀ ਆ ਕਾਲੇ ਰੰਗ ਦੀ ਮੈਂ ਉਹ ਵੀ ਲਾਈ ਵੀ ਸੀਗੀ ਮੈਨ ਨਾਲੇ ਮੇਰੇ ਫਾਦਰ ਸਾਹਿਬ ਸੀਗੇ ਜਿੰਨੀ ਕੁ ਚਲੋ ਮਿਹਨਤ ਕਰਦੇ ਸੀਗੇ ਆਪਾਂ ਫਿਰ ਮੈਂ ਸਰਵਰ ਸਟੇਸ਼ਨ ਦਾ ਵੀ ਦੇਖਦਾ ਸੀਗਾ ਨਾਲ ਕੰਮ ਜਦੋਂ ਆਪਾਂ ਮੰਡੀ ਲੈ ਕੇ ਜਾਂਦੇ ਸੀਗੇ ਨਾ ਉੱਥੇ ਜਾ ਕੇ ਜਿਹੜੇ ਸੀਗੇ ਜਿਵੇਂ ਠੇਕੇਦਾਰ ਕਹ ਲੋ ਆਪਾਂ ਜਦੋਂ ਅਸੀਂ ਨੀਕੇ ਆਪਣਾ ਰੱਖਣਾ ਨਾ ਪਹਿਲੀ ਗੱਲ ਤਾਂ ਠੁੱਡਾਂ ਵੱਜਦੀਆਂ ਸੀਗੀਆਂ ਆ ਇਹਨੂੰ ਵੱਡਾ-ਬੁੱਡਾ ਨੂੰ ਤਾਂ ਕਈ ਵਈ ਤਾਂ ਇਹ ਐ ਛੱਡ ਕੇ ਵੀ ਆਏ ਆ ਕਈ ਵਾਰੀ ਸਾਨੂੰ ਇਹ 4-5 ਰੁਪਏ ਦੇ ਉੱਪਰ ਸਾਨੂੰ ਕਦੇ ਰੇਟ ਨਹੀਂ ਦਿੱਤਾ ਮਨ ਰੋਂਦਾ ਉਸ ਵਕਤ ਜਦੋਂ ਮਿਹਨਤ ਦਾ ਮੁੱਲ ਨਾ ਮੁੜੇ ਭਾਜੀ ਰੋਦਾ ਰੋਣਾ ਹੀ ਐ ਠੇਕਾ ਵੀ ਦੇਣਾ ਮਿਹਨਤ ਜਿਹੜੀ ਸਬਜ਼ੀ ਆ ਬੰਦਾ ਵਿੱਚ ਭਾਲਦੀ ਹਰ ਵਕਤ ਠੀਕ ਆ ਜੀ ਤੇ ਜਦੋਂ ਫਿਰ ਰੋਣਾ ਤਾਂ ਆਉਂਦੇ ਆ ਜਿਹੜਾ ਮੇਰਾ ਖੀਰਾ ਸੀਗਾ ਉਹ ਮੇਰਾ 15 ਰੁਪਏ ਵਿਗਦਾ ਸੀਗਾ ਜਦੋਂ ਮੋੜ ਨਹੀਂ ਮਿਲਿਆ ਕਿਸਾਨੀ ਦਾ ਤਾਂ ਦੂਸਰਾ ਕੰਮ ਸ਼ੁਰੂ ਕੀਤਾ ਨਹੀਂ ਨਹੀਂ ਮੈਂ ਉਹ ਵੀ ਨਾਲ ਕਰਦਾ ਸੀਗਾ ਮੇਰਾ ਇਹ ਹੈਗਾ ਜੀ ਮੈਂ ਕਦੇ ਬੇਲਾ ਨਹੀਂ ਬੈਠਦਾ ਮੈਂ ਕੰਮ ਕੁਛ ਨਾ ਕੁਛ ਕਰੀ ਜਾਣਾ ਮੇਰਾ ਘਰ ਦਾ ਵੀ ਰੋਟੀ ਪਾਣੀ ਨੂਨ ਪਾਣੀ ਮੇਰਾ ਚੱਲੇ ਜੇ ਕਿਤੇ ਮੁੱਲ ਸਹੀ ਮਿਲੇ ਜੀ ਤੱਕ ਸਾਨੀ ਕਰਨ ਨੂੰ ਕਰਦਾ ਹੋਊ ਕਿ ਸਾਰਾ ਕੁਝ ਇਧਰ ਹੀ ਧਿਆਨ ਦੇਈਏ ਫਿਰ ਤਾਂ ਹੋਏ ਜਾਣਾ ਜੀ ਆਟੋਮੈਟਿਕਲੀ ਤੁਸੀਂ ਇਹ ਦੇਖੋ ਜਦੋਂ ਸਬਜ਼ੀ ਵਾਲਾ ਸਾਡੇ ਕੋਲ ਵੇਚਣ ਆਉਂਦਾ ਹੈ ਉਹੀ ਵੱਡਾ ਕਈਏ ਕੱਦੂ ਸਾਨੂੰ 20 ਪਏ 25 ਰੁਪਏ ਹੁੰਦੇ ਆ ਫਿਰ ਦੁੱਖ ਹੁੰਦਾ ਜੀ ਸਾਰੀ ਮਿਹਨਤ ਕਰਦੇ ਸਾਨੂੰ 5-6 ਰੁਪਏ ਜਦੋਂ ਉਹੀ ਚੀਜ਼ ਸਾਨੂੰ ਉਹਦੇ ਕੋਲੋਂ ਮਿਲਦੀ ਹੈ ਤੇ ਉਹੀ ਰੇਟ ਜ਼ਿਆਦਾ ਹੁੰਦਾ ਉਹ ਕੀ ਚੀਜ਼ ਹੁੰਦਾ ਉਹ ਸਟੋਰੇਜ ਹੋ ਜਾਂਦੀ ਹੈ ਚੀਜ਼ ਦੀ ਸਟੋਰ ਕਾ ਕੈਰੀ ਕਰ ਜਦੋਂ ਡਿਮਾਂਡ ਵੱਧਦੀ ਹੈ ਉਧਰ ਘਟ ਜਾਂਦਾ ਈ ਉਹ ਆਪਣਾ ਕੱਢਦੇ ਆ ਮਾਲ ਸਾਰਾ ਸਾਨੂੰ ਤਾਂ ਕੋਈ ਉੱਚ ਫਾਇਦੇ ਨਹੀਂ ਹੋਇਆ ਕਿਸੇ ਚੀਜ਼ ਦਾ ਵੀ ਜਿਹੜੇ ਲੋਕ ਕਿਉਂਕਿ ਤੁਸੀਂ ਸਾਰਾ ਕੁਝ ਛੱਡ ਕੇ ਪਹੁੰਚ ਗਏ ਪਰ ਇਹੋ ਜਿਹੇ ਲੋਕਾਂ ਦੀ ਵੀ ਗੱਲ ਹੁੰਦੀ ਆ ਯਾਰ ਮੈਂ ਨਹੀਂ ਆ ਸਕਦਾ ਮੇਰਾ ਪਿੱਛੇ ਕੰਮ ਰੁਕ ਜੂ ਜਾਂ ਮੇਰੇ ਬਿਜ਼ਨਸ ਨੇ ਕੁਰਬਾਨੀਆਂ ਤਾਂ ਦੇਣੀਆਂ ਹੀ ਪੈਣੀਆਂ ਦੇਖੋ ਜੀ ਲਹਿਰਾਂ ਤਾਂ ਕੁਰਬਾਨੀਆਂ ਮੰਗਦੀ ਆ ਤੇ ਕੁਰਬਾਨੀ ਦੇਣੀ ਪੈਂਦੀ ਆ ਹੁਣ ਮੈਂ ਬਾਹਰ ਵੀ ਗਿਆ ਸੀਗਾ ਮੈਂ ਇਸੇ ਕਰਕੇ ਗਿਆ ਸੀਗਾ ਕਿਉਂਕਿ ਇੱਥੇ ਨਾ ਜ਼ਿੰਦਗੀ ਨਹੀਂ ਹੈਗੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਜੀ ਅਗਰ ਤੁਸੀਂ ਕਿਸੇ ਦੇ ਖਿਲਾਫ ਬੋਲਦੇ ਆ ਤਾਂ ਤੁਹਾਡੇ ਤੇ ਪਰਚਾ ਹੋ ਜਾਣਾ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਤੁਹਾਨੂੰ ਉਹਦਾ ਸਹੀ ਮੁੱਲ ਨਹੀਂ ਮਿਲਣਾ ਹੁਣ ਲੋਕ ਹੁਣ ਕਿੰਨੇ ਕਿੰਨੇ ਕੋਰਸ ਕਰਕੇ ਲੱਖ ਰੁਪਈਆ ਲਾ ਕੇ ਇੱਥੇ ਪੜ੍ਹੇ ਲਿਖੇ ਬੈਠੇ ਨੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਕੋਈ ਰੋਜ਼ਗਾਰ ਨਹੀਂ ਹੈਗਾ ਹੁਣ ਹਰੇਕ ਬੰਦਾ ਇਹੀ ਸੋਚਦਾ ਜਿਹਦੇ ਹੁਣ ਬੱਚਾ ਮਾੜਾ ਮੋੜਾ ਸੀ ਪੜ੍ਹੇ ਲਿਖੇ ਆ ਤੇ ਇੱਥੇ ਹੈ ਨਹੀਂ ਹੁਣ ਅਗਲਾ 12 ਹੀ ਕਰਾਉਂਦਾ ਆ ਤੇ ਆਈਲਰਸ ਕਰਾਉਂਦਾ ਚਲੋ ਕੈਨੇਡਾ ਨੂੰ ਤੁਸੀਂ ਅੱਜ ਦੇ ਐਗਜ਼ਾਮ 'ਚ ਦੇਖ ਲਿਓ ਬਈ ਖਾਲੀ ਹੋ ਰਿਹਾ ਸਾਰਾ ਕੁਝ ਬਾਹਰ ਇਸੇ ਕਰਕੇ ਜਾਣ ਕੋਈ ਸਿਸਟਮ ਹੀ ਹੈ ਨਹੀਂ ਕੋਈ ਇਹ ਸਰਕਾਰਾਂ ਤੁਹਾਨੂੰ ਕੀ ਲੱਗਦਾ ਫਿਰ ਉਜਾੜੇ ਕਿਉਂ ਹੋ ਰਹੇ ਨੇ ਉਜਾੜੇ ਇਸੇ ਕਾਰਨਾ ਕਰਕੇ ਹੋਏ ਜੇ ਕੋਈ ਸੁਣੂਗਾ ਕਿਸੇ ਦੀ ਉਹਨਾਂ ਨੂੰ ਕੋਈ ਚੰਗੀ ਚੀਜ਼ ਮਿਲੂਗੀ ਚੰਗੀ ਸਿਹਤ ਸਹੂਲਤ ਮਿਲੂਗੀ ਸਾਡੇ ਸਰਕਾਰੀ ਹਸਪਤਾਲਾਂ 'ਚ ਡਾਕਟਰ ਨਹੀਂ ਪੂਰੇ ਹੈਗੇ ਸਹੂਲਤें ਨਹੀਂ ਹੈਗੀਆਂ ਸਰਕਾਰੀ ਸਕੂਲਾਂ ਦਾ ਹਾਲ ਦੇਖ ਲਓ ਤੁਸੀਂ ਕੀ ਹੈ ਪ੍ਰਾਈਵੇਟ ਦੇਖ ਲਓ ਕਿੱਥੇ ਪਹੁੰਚੇ ਲੋਕ ਇਹਨਾਂ ਗੱਲਾਂ ਤੋਂ ਭਰੇ ਪਏ ਨੇ ਆਹ ਅੰਦੋਲਨ ਉਹਨਾਂ ਨੂੰ ਰਾਹ ਲੱਭਿਆ ਤੇ ਸਾਰੇ ਹੀ ਪਹੁੰਚ ਗਏ ਸਰ ਦੇਖੋ ਜੀ ਇੱਕ ਪਲੇਟਫਾਰਮ ਮਿਲਿਆ ਬਹੁਤ ਵਧੀਆ ਜਿੱਦਾਂ ਕਹਿੰਦੇ ਕੁਦਰਤ ਰੱਬ ਕਰਾਂ ਦਾ ਤਖਤਾ ਪਲਟਦਾ ਇੱਕ ਵਾਰੀ ਇਹ ਹੁਣ ਤਖਤਾ ਹੀ ਪਲਟਿਆ ਇਸ ਚੀਜ਼ ਦਾ ਹੁਣ ਤਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਸਾਂਭ ਲੈਣ ਇਸ ਚੀਜ਼ ਨੂੰ ਇਹ ਤਖਤਾ ਪਲਟੂਗਾ ਤਖਤਾ ਤਾਂ ਜ਼ਰੂਰ ਪਲਟਣਿਆ ਜਿਵੇਂ ਹੁਣ ਲੋਕਾਂ ਦਾ ਹੋਮ ਹੋਮ ਆਇਆ ਬਾਕੀ ਲੋਕਾਂ ਨੂੰ ਸਮਝ ਚਾਹੀਦੀ ਹੈ ਵੀ ਜੇ ਹੁਣ ਤੁਸੀਂ ਦਬ ਗਏ ਇਸ ਚੀਜ਼ ਦੇ ਵਿੱਚ ਛੋ ਪਿੱਛਾ ਘੱਟ ਦਬੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜ਼ਿਆਦਾ ਦਬ ਲੈਣਾਂ ਨੇ ਚੀਜ਼ਾਂ ਦੀ ਨੇ ਨਾ ਤੁਸੀਂ ਬਦਲੇ ਇਸ ਚੀਜ਼ ਨੂੰ ਨਾ ਤੁਸੀਂ ਗਾਹਾਂ ਨੂੰ ਕੋਈ ਸੰਘਰਸ਼ ਕੀਤਾ ਇਹ ਮੈਨੂੰ ਲੱਗਦਾ ਤੇ ਪਹਿਲਾ ਤੇ ਆਖਰੀ ਆ ਇਹ ਸੰਘਰਸ਼ ਉਤੋਂ ਬਾਅਦ ਜੇ ਕਾਨੂੰਨ ਇਹ ਬਣਾਣਗੇ ਬਹੁਤ ਸੋਚਣਗੇ ਸਮਝਣਗੇ ਲੋਕਾਂ ਨੂੰ ਪੁੱਛਿਆ ਕਰਨਗੇ ਵੀ ਅਸੀਂ ਆਹ ਕੰਮ ਕਰਨਾ ਪਹਿਲਾਂ ਕਰ ਲਈਏ ਉਤੋਂ ਬਾਅਦ ਫਿਰ ਇਹ ਬਣਾਇਆ ਕਰਨਗੇ ਲੱਗਦਾ ਇਸ ਅੰਦੋਲਨ ਜਿੱਤਵਾਲ ਨੂੰ ਜਾ ਰਿਹਾ ਹੈ ਆਖਰੀ ਸਵਾਲ ਤੇ ਹਾਂਜੀ ਉਹਨਾਂ ਅੰਦੋਲਨ ਤਾਂ ਆਪਣਾ ਜਿੱਤਵਾਲ ਨੂੰ ਪੂਰਾ ਜੀ ਇਹ ਤਾਂ ਹੁਣ ਇੱਕ ਵੈਸੇ ਮੈਂ ਵਾਲੀ ਗੱਲ ਫਸੀ ਹੋਈ ਹੈ ਮੈਂ ਤਾਂ ਹੁਣ ਛੱਡ ਦੇਣੀ ਚਾਹੀਦੀ ਆ ਜਿੰਨੇ ਕ ਆਪਾਂ ਕਵਾਂਗੇ ਦੇਖੋ ਅੱਜ ਚਾਰ ਤਰੀਨ ਦੀ ਮੀਟਿੰਗ ਹੈ ਕਿ ਸਿੱਟਾ ਨਿਕਲਦਾ ਉਹਦੇ ਵਿੱਚੋਂ ਜੇ ਨਾ ਨਿਕਲੇ ਛੇਦ ਨੂੰ ਫਿਰ ਰੈਲੀ ਤਾਂ ਹੈਗੀ ਆ ਜਾਂ ਫਿਰ ਉਹ ਕੱਢਾਂਗੇ ਥੋੜਾ ਸ਼ੰਗਰ ਸ਼ੋਰ ਤਿੱਖਾ ਕੀ ਕਹਿੰਨੇ ਆ ਆਖਿਰ ਚ ਕੀ ਕਹਿੰਨਾ ਜਿਹੜੇ ਤੁਹਾਨੂੰ ਲੋਕ ਦੇਖ ਰਹੇ ਹੋਣਗੇ ਲੋਕਾਂ ਨੂੰ ਆਪਾਂ ਇਹੀ ਕਹਿੰਨੇ ਆ ਜਿਹੜੇ ਆਪਣੇ ਹੁਣ ਪਿੰਡਾਂ 'ਚ ਵੀ ਬੈਠੇ ਨੇ ਕਈ ਮਜਬੂਰੀਆਂ ਹੁੰਦੀਆਂ ਕੋਈ ਬਿਮਾਰ ਹੈ ਜਾਂ ਕੋਈ ਕੋਸ਼ ਗੱਲਬਾਤ ਆ ਉਹ ਚਲੋ ਨਹੀਂ ਪਹੁੰਚ ਸਕਦੇ ਜਿਹੜੇ ਪਹੁੰਚ ਸਕਦੇ ਨੇ ਉਹ ਇੱਥੇ ਜ਼ਰੂਰ ਪਹੁੰਚਣ ਤੇ ਪਿੰਡਾਂ ਦੇ ਵਿੱਚ ਜੇ ਨਹੀਂ ਇੱਥੇ ਆ ਸਕਦੇ ਪਿੰਡਾਂ ਵਿੱਚ ਜਾ ਜਾ ਕੇ ਲੋਕਾਂ ਨੂੰ ਅਵੇਅਰ ਕਰਨ ਇਹਨਾਂ ਕਾਨੂੰਨਾਂ ਬਾਰੇ ਦੱਸਣ ਉਹਨਾਂ ਨੂੰ ਤੇ ਉਹ ਲੋਕ ਵੀ ਹੁਣ ਜਿਵੇਂ ਹੁਣ ਆਪਣਾ ਮਜ਼ਦੂਰ ਵਰਗ ਨੂੰ ਬਹੁਤ ਘੱਟ ਪਤਾ ਹੋਣਾ ਇਹਨਾਂ ਚੀਜ਼ਾਂ ਬਾਰੇ ਹੁਣ ਕਈ ਕਹਿੰਦੇ ਆ ਜੀ ਇਹ ਕਿਸਾਨਾਂ ਦੇ ਇਕੱਲਾ ਕਿਸਾਨਾਂ ਦਾ ਨਹੀਂ ਹੈਗਾ ਇਹ ਇੱਕ ਤਾਂ ਸਿਰਫ ਉਹ ਕਿਸਾਨ ਅੱਗੇ ਆ ਗਏ ਆ ਪਰ ਇਕੱਲਾ ਕਿਸਾਨਾਂ ਦਾ ਨਹੀਂ ਹੈਗਾ ਇਹ ਸਾਰੇ ਇੱਕ ਇਨਸਾਨ ਦਾ ਹੈ ਮੈਂ ਕਹਿੰਦਾ ਜੀ ਜੇ ਅਸੀਂ ਉਦਾਂ ਨਾ ਨਾ ਮਰੇ ਤਾਂ ਮੋਦੀ ਜੀ ਸਾਨੂੰ ਭੁੱਖ ਮਰੀ ਨਾਲ ਮਾਰ ਦੇਣਾ ਮੈਂ ਇੱਕ ਗੱਲ ਕਹਿਣਾ ਜੇ ਲੋਕ ਹੋਰ ਜਿਹੜੇ ਬਾਹਰ ਬੈਠੇ ਨੇ ਉਹ ਇੱਥੇ ਪਹੁੰਚਣ ਜੇ ਉਹਨਾਂ ਨੇ ਬਚਣਾ ਹੈ ਨਹੀਂ ਭੁੱਖ ਮਰੀ ਨਾਲ ਤਾਂ ਵੈਸੇ ਮਰੇ ਜਾਣਾ ਜੇ ਭੁੱਖ ਮਰੀ ਮਾਰਨ ਦੇ ਨਾਲ ਤਾਂ ਆਪਾਂ ਇਹ ਚਾਹੁੰਦੇ ਆ ਇੱਥੇ ਲੜ ਕੇ ਸ਼ਹੀਦੀਆਂ ਪਾ ਕੇ ਮਰੀਏ ਇੱਥੇ ਤੇ ਲੋਕ ਸਾਡਾ ਹਥਿਆਸ ਬਣੇ ਵੀ ਹਾਂ ਕੋਈ ਸੰਘਰਸ਼ ਹੋਇਆ ਸੀਗਾ ਵੀ ਭੁੱਖ ਮਰੀ ਮਾਰਨ ਨਾਲੋਂ ਸ਼ਹੀਦੀ ਦੇਣੀ ਚੰਗੀ ਹੈ ਮੈਂ 27 ਤਰੀਕ ਦਾ ਇੱਥੇ ਆ ਸੰਗ ਆਪਣਾ ਸ਼ੰਭੂ ਤੋਂ ਲੈ ਕੇ ਇੱਥੇ ਤੱਕ ਦਾ ਪੂਰਾ ਮੰਜ਼ਰ ਦੇਖਿਆ ਹੋਇਆ ਜੀ। ਕੀ ਹੋਇਆ, ਕੀ ਨਹੀਂ ਹੋਇਆ। ਅਸੀਂ ਤਾਂ ਇਹ ਚਾਹਨੇ ਵੀ ਆਓ ਇੱਥੇ ਬਾਤੇ-ਬਾਤ ਛੱਡਣਾ ਨਹੀਂ ਚਾਹੀਦਾ ਇਹ ਮੌਕਾ ਹੈ। ਬਹੁਤ-ਬਹੁਤ ਧੰਨਵਾਦ ਬਾਈ ਗੱਲਬਾਤ ਕੀਤੀ ਤੁਸੀਂ। ਸੋ ਇਹ ਬਾਈ ਗੱਲਬਾਤ ਤੁਸੀਂ ਸਮਝ ਲਈ ਹੋਊਗੀ ਜਜ਼ਬੇ ਕੀ ਹੁੰਦੇ ਨੇ। ਕਿਸੇ ਲਈ ਤਿਆਗ ਕਰਨਾ ਹੋਵੇ ਜਾਂ ਸੰਘਰਸ਼ 'ਚ ਤਿਆਗ ਕਰਨਾ ਹੋਵੇ ਉਹ ਕੀ ਹੁੰਦਾ ਹੈ ਤੇ ਉਮੀਦ ਤੁਸੀਂ ਦੇਖ ਸਕਦੇ ਹੋ ਜੋ ਕੁਝ ਇਹਨਾਂ ਨੇ ਸਤੈ ਤਰੀਕ ਤੋਂ ਹੁਣ ਤੱਕ ਦੇਖਿਆ ਹੈ ਕਹਿੰਦੇ ਕਿ ਰੱਬ ਦੀ ਵੀ ਪੂਰੀ ਕਿਰਪਾ ਲੋਕ ਵੀ ਇੱਥੇ ਜਜ਼ਬੇ ਚ ਨੇ ਤੇ ਜਿਹੜਾ ਅੰਦੋਲਨ ਹੈ ਇਹ ਜਿੱਤ ਵੱਲ ਨੂੰ ਹਮੇਸ਼ਾ ਜਾਂ ਪੱਕਾ ਜਾਏਗਾ ਇਹਨਾਂ ਦੇ ਮੰਨਦੇ ਇਹ ਵਲਵਲੇ ਤੇ ਜਜ਼ਬਾ ਇਹ ਕਹਿੰਦਾ ਕਿ ਕਿਸਾਨਾਂ ਦੀ ਜਿੱਤ ਪੱਕੀ ਹੈ ਆਪਣੇ ਸਹਿਯੋਗੀ ਸਿਵਰਨਜੀਤ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ